इस सीसीटीवी नू देख के एक बार तो थोड़े भी होश उड़ जाएंगे। जी हाँ, ये तस्वीरां सामने आईया ने हुशियारपुर तो, जिथे एक घर नू चोरां ने निशाना बनाया। चोरी तो खैर की है, पर जिस तरीके दे नाल इस चोरी की घटना नू अंजाम दिता गया, ये बहुत ही हैरान कर देने वाली है। सब तो पहला देखो जो सीसीटीवी तस्वीर दे विच तुहानू दिखाई दे रहा होगा कि एक एक्टिवा ते तीन जने हुंदे ने, जो कि पहला घर की रेकी करते ने, बड़ी मुशक्कत दे नाल घर दे अंदर कंध टप के आते ने, जो कि तुसी स्क्रीन ते देख भी पा रहे होवोगे। हालांकि जो कि ताला तोड़न की कोशिश करते ने, कुछ देर तक ताला नहीं टुटदा, पर फिर भी इन्हां चोरां दे वल्लों इस ताले नूं तोड़ दिता जांदा है ते घर दे अंदर दाखल हो जांदे ने। आले दुआले देखिया जांदा है, घर दे कीमती समान की छानबीन की जाती है। तो उत्थे ही दूजे पासे एक नौजवान की नज़र सीसीटीवी ते पै जाती है। फिर देखो अगे की करदा है, खिड़की ते चढ़दा है, बड़े ही चलाकी दे नाल कैमरे का मूँह घुमा दिंदा है ताकि उन्हां दी एक करतूत दुनिया तो पुलिस दे सामने ना आवे। हालांकि इन्हां दी तस्वीर भी कितना कितने कैमरे दे विच कैद हो गई है। उस बाद ये चोरी की घटना नूं अंजाम दिंदे ने। दस दिए कि इस घर दे विच कुछ दिन पहला व्याह सी, तां पूरा परिवार ही कनेडा गया होया। हालांकि जब सवेरे घर दे अंदर इन्हां दे रिश्तेदार आउंदे ने ते ओह देखदे ने कि चोरी हो चुकी है घर दे विच, जिस तों बाद अफड़ा तफड़ी मच जाती है, पुलिस नूं बुलाया जाता है। पर अक्सर ही अजिहियां तस्वीरां आउंदियां ने किस तरीके दे नाल खाखी दा चोरां नूं खौफ नहीं रहा, कानून दियां शरेआम धज्जियां उड़ाईयां जा रहियां ने। हर रोज़ एक नवीं तस्वीर सामने आउंदी है। तुसीं इस तस्वीर नूं देख के की कहना चाहोगे, कमेंटां राहीं राय सांझा करना ना भुलना। ਭਾਜੀ ਆਪਾਂ ਸਵੇਰੇ ਜਾਣਾ ਸੀਗਾ ਕਿਤੇ ਫੰਕਸ਼ਨ 'ਤੇ, ਅਤੇ ਮੈਂ ਤਾਲਾ ਖੋਲ੍ਹਿਆ, ਆਪਾਂ ਗੱਡੀ ਕੱਢਣੀ ਸੀ ਆਪਣੀ, ਅਤੇ ਮੈਂ ਇੱਧਰ ਲਾਈਟਾਂ ਲੂਟਾਂ ਬੰਦ ਕਰਨਾ। ਆਪਾਂ ਇੱਥੇ ਰਹਿੰਦੇ ਹੁੰਦੇ, ਮਤਲਬ ਨਾਲ ਸਾਡੇ ਗੁਆਂਢੀ ਹੈਗੇ, ਇਹ ਸਾਡੇ ਗੁਆਂਢੀ ਹੈਗੇ ਆ, ਮਤਲਬ ਸਾਡੇ ਰਿਸ਼ਤੇਦਾਰ ਹੀ ਪੈਂਦੇ ਸਾਡੇ। ਅਤੇ ਉਸ ਤੋਂ ਬਾਅਦ ਮੈਂ ਲਾਈਟਾਂ ਬੰਦ ਕਰਨ ਆਇਆ, ਅਤੇ ਫਿਰ ਦੇਖਿਆ ਤਾਂ ਤਾਲਾ ਬੰਦ ਉਹ ਖੁੱਲ੍ਹਾ ਸੀਗਾ, ਅਤੇ ਮੈਂ ਸਾਰਿਆਂ ਨੂੰ ਬੁਲਾਉਣ ਗਿਆ ਬਾਹਰ, ਮੈਂ ਡਰਦੇ ਬਾਰੇ ਅੰਦਰ ਗਿਆ ਨਹੀਂ, ਅਤੇ ਮੈਂ ਸਾਰਿਆਂ ਨੂੰ ਸੱਦਿਆ। ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਪੁਲਿਸ ਨੂੰ ਫੋਨ ਕੀਤਾ, ਪੁਲਿਸ ਆਈ, ਉਹਨਾਂ ਨੇ ਆਪਣੀ ਕਾਰੋਬਾਰੀ ਸਟਾਰਟ ਕਰਤੀ। ਫਿਰ थोड़े दिन पहले ब्याह भी सीगा जी, इत्थे ब्याह भी सीगा घर च, हुण थोड़े दिन पहले मैरिज कीती आ। नुकसान तो देखो जी काफी हो गया, एलईडी लैके गए, वाईफाई लैके चल गए, होर भी काफी समान लैके गए। ਸੀਸੀਟੀਵੀ ਚ ਆਪਾਂ ਦੇਖਿਆ, ਫੋਟੋਆਂ ਦੇਖੀਆਂ, ਬਾਕੀ ਹੁਣ ਦੇਖੋ ਫੇਸ ਕਲੀਅਰ ਨਹੀਂ ਆਂਦਾ ਪਿਆ ਉਦਾਂ। ਬਾਕੀ ਸਕੂਟਰੀ ਦਾ ਸਕੂਟਰੀ ਆਈ ਆ ਬਈ, ਦੋ ਬੰਦੇ ਅੰਦਰ ਸੀਗੇ, ਇੱਕ ਬੰਦਾ ਬਾਹਰ ਰੈਕੀ ਕਰਦਾ ਪਿਆ ਸੀਗਾ ਉਹਨਾਂ ਦੀ ਪੂਰੀ ਪੂਰੀ, ਤੇ ਉਹ ਆ ਗਿਆ ਸਾਡੇ ਕੈਮਰੇ ਦੇ ਵਿੱਚ, ਉਹਨਾਂ ਦੀ ਸਕੂਟਰੀ ਵੀ ਆ ਗਈ ਆ, ਨੰਬਰ ਟਰੇਸ ਹੋ ਜਾਣਾ ਆ, ਆਪਾਂ ਆਲੇ ਦੁਆਲੇ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਵੀ ਦੇਖ ਲਿਆ। ਉਹਨਾਂ ਦੇ ਕੈਪਚਰ ਕਰਦੇ ਵੇ, ਟੋਟਲ ਤਿੰਨ ਜਣੇ ਸੀਗੇ ਜੀ। ਉਹ ਇੱਕ ਰੈਕੀ ਕਰਦਾ ਸੀ ਬੰਦਾ ਬਾਹਰ, ਦੇਖਭਾਲ ਕਰਦਾ ਸੀ ਉਹਨਾਂ ਦੀ ਵੀ ਕੀ ਹੁੰਦਾ ਕੀ ਨਹੀਂ, ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਹੋਊਗਾ। ਤੇ ਦੋ ਜਣੇ ਅੰਦਰ ਬੰਦੇ ਜਿਹੜੇ ਆ ਉਹਨਾਂ ਨੇ ਜਿੰਦੇ ਵਗੈਰਾ ਤੋੜੇ ਆ, ਉਹ ਤੁਸੀਂ ਇੱਕ ਵਾਰ ਲਾਈਵ ਇਹਨਾਂ ਨੂੰ ਦਿਖਾ ਸਕਦੇ ਆ, ਅਸੀਂ ਵੀ ਆਪਣੇ ਕੈਮਰੇ ਖੋਲ ਕੇ ਦੇਖੇ ਉਹਦਾ। ਹਾਂ, ਕੈਮਰੇ ਸਾਡੇ ਸਾਰੇ ਲੱਗੇ ਹੋਏ ਆ ਉਹਨਾਂ 'ਚ, ਆ ਗਏ ਇਹਨਾਂ ਦਾ ਫੇਸ ਵੀ ਆਉਂਦਾ ਪਿਆ ਆ, ਪਰ ਥੋੜਾ ਕਲੀਅਰ ਨਹੀਂ ਆਉਂਦਾ ਸੀਗਾ, ਇਸ ਕਰਕੇ ਆਪਾਂ ਗੁਆਂਢੀਆਂ ਆਂਢੀਆਂ ਦੇ ਨਾਲ ਕੈਮਰੇ ਜਿਹੜੇ ਕਾਰੋਬਾਰੀ ਕਰਦੇ ਵੀ ਆਪਣੀ। ਤੇ ਸਵੇਰੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਦਾਂ ਇੱਦਾਂ ਗੱਲਬਾਤ ਹੋ ਗਈ ਵੀ ਚੋਰੀ ਹੋ ਗਈ, ਅਸੀਂ ਹੁਣੇ ਪਹੁੰਚੇ ਆ ਕੇ ਦੇਖਿਆ ਵਾ ਜੀ, ਤੇ ਇੱਕ ਚੈਨ ਸੀਗੀ ਮੁੰਦੀ ਆ ਜੀ, ਤੇ ਬਾਕੀ ਸਮਾਰਟ ਵਾਚ ਸੀਗੀ ਜੀ, ਤੇ ਇੱਕ ਘੜੀ ਸੀਗੀ ਬਾਹਰ ਦੀ, ਵਾਈਫਾਈ ਵਗੈਰਾ ਲੈ ਗਏ, ਐਲਸੀਡੀ ਵਗੈਰਾ ਲੈ ਗਏ ਜੀ, ਬਾਕੀ ਬੂਫਰ ਵਗੈਰਾ ਲੈ ਗਏ ਜੀ, ਤੇ ਐਕਟੀਵਾ ਖੜੀ ਸੀਗੀ, ਉਹਦੀ ਚਾਬੀ ਸਾਡੇ ਕੋਲ ਸੀਗੀ, ਉਹ ਹੁਣ ਸਾਨੂੰ ਕੋਈ ਇੱਕ ਹੋਰ ਨਵੀਂ ਚਾਬੀ ਉਹਦੇ ਵਿੱਚ ਲੱਗੀ ਮਿਲੀ ਆ, ਤੇ ਉਹ ਵੀ ਲੈ ਕੇ ਜਾਣੀ ਸੀਗੀ, ਪਰ ਉਹਦਾ ਬਚਾਅ ਹੋ ਗਿਆ ਜੀ। ਤੇ ਨੁਕਸਾਨ ਭਾਜੀ ਹੋ ਹੀ ਗਿਆ ਜੀ, 3-4 ਲੱਖ ਦਾ ਤਕਰੀਬ ਹੋ ਹੀ ਗਿਆ ਜੀ। ਬਸ ਇਹੀ ਮੰਗ ਕਰਦੇ ਜੀ, ਬੰਦਿਆਂ ਦੀ ਪਹਿਚਾਣ ਹੁੰਦੀ ਪਈ ਹੈ ਜੀ, ਅਤੇ ਆਪਾਂ ਇਹੀ ਮੰਗ ਕਰਦੇ ਪਏ ਹਾਂ ਕਿ ਜੋ ਵੀ ਸਾਡਾ ਚੋਰੀ ਹੋਇਆ ਵਾ ਸਾਨੂੰ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਜੀ। ਅੱਜ ਸੁਬਹਾ ਕੰਪਲੇਂਟ ਆਈ ਸੀ ਕਿ ਨਿਊ ਫਤਿਹਗੜ੍ਹ ਮੁਹੱਲੇ ਤੋਂ ਕੁਝ ਬੰਦ ਘਰ ਦੇ ਵਿੱਚ ਚੋਰੀ ਹੋਈ ਆ, ਅਨਨੋਨ ਪਰਸਨ ਨੇ ਚੋਰੀ ਕੀਤੀ ਆ। ਅਸੀਂ ਇਹ ਮੌਕੇ 'ਤੇ ਆਏ ਹਾਂ, ਮੌਕੇ 'ਤੇ ਆਣ ਕੇ ਮੌਕਾ ਦੇਖਿਆ ਸਾਰਾ, ਔਰ ਨੁਕਸਾਨ ਬਾਰੇ ਅਜੇ ਪਰਿਵਾਰਕ ਮੈਂਬਰ ਨੇ ਸਟੇਟਮੈਂਟ ਨਹੀਂ ਲਿਖੀ ਹੈਗੀ, ਸਟੇਟਮੈਂਟ ਦੇ ਆਧਾਰ 'ਤੇ ਕਾਰਵਾਈ ਕਰਾਂਗੇ। ਬਾਕੀ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ, ਉਹਦੇ ਵਿੱਚ ਕੁਛ ਚੋਰ ਆ ਰਿਹਾ ਲੇਕਿਨ ਪਛਾਣ ਨਹੀਂ ਹੋਈ ਅਜੇ ਤੱਕ। ਜਿੱਦਾਂ ਵੀ ਪਰਿਵਾਰਕ ਮੈਂਬਰ ਸਟੇਟਮੈਂਟ ਲਗਾਉਣਗੇ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇ।